ਨੈਸ਼ਨਲ ਹਾਈਵੇ 'ਤੇ ਪਿੰਡ ਜੀਵਨਵਾਲ ਵਬਰੀ ਦੇ ਨਜ਼ਦੀਕ ਇੱਕ ਟਰਾਲੀ ਦੀ ਸਾਈਡ ਲੱਗਣ ਕਾਰਨ ਗੰਨਿਆਂ ਦੀ ਭਰੀ ਟਰੈਕਟਰ ਟਰਾਲੀ ਪਲਟ ਗਈ। ਖੁਸ਼ਕਿਸਮਤੀ ਰਹੀ ਕਿ ਟਰੈਕਟਰ ਟਰਾਲੀ ਚਾਲਕ ਬਾਲ ਬਾਲ ਬਚ ਗਿਆ, ਲੇਕਿਨ ਟਰੈਕਟਰ ਅਤੇ ਟਰਾਲੀ ਨੈਸ਼ਨਲ ਹਾਈਵੇ 'ਤੇ ਪਲਟਣ ਕਾਰਨ ਕੁਝ ਦੇਰ ਲਈ ਟ੍ਰੈਫਿਕ ਜਾਮ ਹੋ ਗਿਆ। ਮੌਕੇ 'ਤੇ ਜਦੋਂ ਟਰੈਕਟਰ ਚਾਲਕ ਨੇ ਸੜਕ ਸੁਰੱਖਿਆ ਫੋਰਸ ਨੂੰ ਫੋਨ ਕੀਤਾ ਤਾਂ ਉਹ ਵੀ ਥੋੜ੍ਹੇ ਸਮੇਂ ਵਿੱਚ ਹੀ ਉੱਥੇ ਪਹੁੰਚ ਗਏ। ਉਸ ਸਮੇਂ ਤੱਕ ਟਰੈਕਟਰ ਚਾਲਕ ਵੱਲੋਂ ਕਿਸੇ ਦੀ ਮਦਦ ਦੇ ਨਾਲ ਟਿੱਪਰ ਚਾਲਕ ਦਾ ਪਿੱਛਾ ਕਰਕੇ ਉਸਨੂੰ ਵੀ ਮੌਕੇ 'ਤੇ ਕਾਬੂ ਕਰ ਲਿਆ। ਟਿੱਪਰ ਚਾਲਕ ਦੀ ਤਲਾਸ਼ੀ ਕਰਨ 'ਤੇ ਉਸ ਪਾਸੋਂ ਥੋੜ੍ਹੀ ਜਿਹੀ ਚੂਰਾਪੋਸਟ 'ਤੇ ਇੱਕ DSP ਦਾ ID ਕਾਰਡ ਬਰਾਮਦ ਹੋਇਆ, ਜਿਸ ਬਾਰੇ ਟਿੱਪਰ ਚਾਲਕ ਦਾ ਕਹਿਣਾ ਹੈ ਕਿ ਉਹ ਭੁੱਕੀ ਉਸਦੇ ਆਪਣੇ ਖਾਣ ਲਈ ਹੈ ਅਤੇ DSP ਦਾ ਕਾਰਡ ਗਲਤੀ ਨਾਲ ਉਸਦੇ ਕਾਗਜ਼ਾਂ ਨਾਲ ਆ ਗਿਆ। ਦੂਜੇ ਪਾਸੇ ਸੰਬੰਧਿਤ ਥਾਣਾ ਸਦਰ ਗੁਰਦਾਸਪੁਰ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਂਜੀ ਸਰ, ਮੇਰਾ ਨਾਮ ਬਿਕਰਮਜੀਤ ਸਿੰਘ ਆ, ਮੈਂ ਐਡਵੋਕੇਟ ਹਾਂ ਗੁਰਦਾਸਪੁਰ ਵਿੱਚ। ਅੱਜ ਮੈਂ ਕਿਸੇ ਕਾਰਨ ਕਰਕੇ ਛੁੱਟੀ ਕਰਕੇ ਘਰ ਬੈਠਾ ਸੀ। ਮੇਰਾ ਡਰਾਈਵਰ ਜਤਿੰਦਰ ਸਿੰਘ ਪੱਡਾ ਟਰਾਲੀ ਲੈ ਕੇ ਜਾ ਰਿਹਾ ਸੀ ਅਤੇ ਬੱਬਰੀ ਬਾਈਪਾਸ 'ਤੇ ਲੱਗ ਜਾਣਗੇ ਇੱਕ 22 ਟਾਇਰਾਂ ਵਾਲੇ ਟਰਾਲੇ ਨੇ ਗਲਤ ਤਰੀਕੇ ਨਾਲ ਉਹਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਆ ਅਤੇ ਸਾਈਡ ਲੱਗ ਗਈ ਆ, ਸਾਈਡ ਲੱਗ ਕੇ ਅਤੇ ਟਰਾਲੀ ਪਲਟ ਗਈ ਆ। ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ, ਮਾਲੀ ਤੁਹਾਡੇ ਸਾਹਮਣੇ ਆ ਜੀ। ਬਾਕੀ ਮੌਕੇ ਦੇਖਦੇ ਹੁਣ ਪੁਲਿਸ ਕੀ ਕਰਦੀ ਹੈ ਜੀ। ਪੁਲਿਸ ਨੂੰ ਕਾਲ ਕੀਤੀ ਆ ਜੀ, ਇਹ ਭਗਵੰਤ ਮਾਨ ਸਾਹਿਬ ਦੀਆਂ ਗੱਡੀਆਂ SI ਸਾਹਿਬ 'ਤੇ ਬਿਲਕੁਲ ਮੌਕੇ 'ਤੇ ਪਹੁੰਚ ਗਈਆਂ ਜੀ। ਬਾਕੀ ਸਾਡਾ ਤੋਂ ਵੀ ਮੁਲਾਜ਼ਮ ਪਹੁੰਚ ਗਏ ਜੀ ਅਤੇ ਟਰੱਕ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਜੀ। ਟਰੱਕ ਵਿੱਚੋਂ ਕਾਫੀ ਹੋਰ ਸਮੱਗਰੀ ਵਗੈਰਾ ਬਰਾਮਦ ਕੀਤੀ ਆ, ਕੋਈ ਭੁੱਕੀ ਵਗੈਰਾ ਵੀ ਕੀਤੀ ਬਰਾਮਦ। ਇੱਕ ਕੋਈ DSP ਸਾਹਿਬ ਪੰਜਾਬ ਪੁਲਿਸ ਦੇ, ਉਹਨਾਂ ਦਾ ਇੱਕ ਜੈਲੀ ਕਾਰਡ ਵੀ ਬਣਾਇਆ ਜੀ ਡਰਾਈਵਰ ਨੇ, ਉਹ ਨੰਬਰਾਂ 'ਤੇ ਵੀ ਗੱਲ ਕੀਤੀ ਹੈ ਜੀ। ਉਹ ਟਰੱਕ ਦੇ ਮਾਲਕਾਂ ਨਾ ਚੁੱਕਿਆ ਸੀ, ਉਹ ਕਹਿੰਦੇ ਸਾਡਾ ਨਹੀਂ ਹੈਗਾ ਕਾਰਡ, ਇਹ ਹੁਣ ਮੁੱਕਰ ਰਹੇ ਹੋ ਕਾਰਡ ਤੋਂ। ਇਹ ਪੁਲਿਸ ਨੇ ਦੇਖਣਾ ਜੀ ਅਸੀਂ ਕੀ ਕਾਰਵਾਈ ਕਰਨੀ, ਕੀ ਲੀਗਲ ਐਕਸ਼ਨ ਲੈਂਦੇ ਆ ਜੀ। ਮੈਂ ਬਿਲਕੁਲ ਪਿੱਛੇ ਹੀ ਆ ਰਿਹਾ ਜੀ, ਤੇਲ ਭਰਵਾ ਕੇ ਇੱਥੇ ਪੰਪ ਤੋਂ, ਅਤੇ ਮੈਂ ਆਪਣੀ ਕਾਰ 'ਤੇ ਸੀਗਾ, ਮੈਂ ਪਿੱਛੇ ਪਿੱਛੇ ਆ ਰਿਹਾ ਜੀ। ਫਿਰ ਅਸੀਂ ਹਾਦਸੇ ਵਾਲੀ ਜਗ੍ਹਾ ਤੋਂ 1.5 ਕਿਲੋਮੀਟਰ ਅੱਗੇ ਜਾ ਕੇ ਇਹ ਟਰੱਕ ਵਾਲੇ ਨੂੰ ਅਸੀਂ ਕਾਬੂ ਕੀਤਾ ਜੀ। ਮੇਰਾ ਨਾਂ ਸੁਰਜੀਤ ਸਿੰਘ ਹੈ ਜੀ। ਗੱਲਬਾਤ ਟਰਾਲੀ ਆਉਂਦੀ ਪਰਲੀ ਸਾਈਡ ਫੁੱਟਪਾਥ ਦੇ ਨਾਲ, ਟਰਾਲੀ ਬਾਈ ਨੇ ਇੱਧਰ ਨੂੰ ਕਰਤੀ ਗੱਡੀ, ਕਹਿੰਦੀ ਇੱਧਰ ਖੜਾ ਹੀ ਜੂਸ ਵਾਲਾ ਅਤੇ ਮਗਰਲੇ ਪਾਸੇ ਗੰਨੇ ਟਰਾਲੀ ਨਾਲ ਵੱਜੀ। ਸਾਡੀ ਗਲਤੀ ਬਾਈ ਇੰਨੀ ਹੈ, ਫਿਰ ਉੱਥੇ ਰੁਕੇ ਨਹੀਂ, ਇੰਨੀ ਗਲਤੀ ਅਸੀਂ ਮੰਨ ਗਏ। ਹਾਂਜੀ, ਨਹੀਂ ਦੇਖੋ ਜਿਹੜਾ ਕਾਰਡ ਹੈ ਨਹੀਂ, ਜਿੱਦਾਂ ਮਾਲਕ ਦੇ ਕਾਗਜ਼ ਪੱਤਰ ਰਹਿ ਗਏ ਗੱਡੀ 'ਚ, ਉਹ ਲਿਫਾਫਾ ਵੱਖਰਾ ਹੈ, ਉਹ ਗੱਡੀ ਦੇ ਪਰਮਿਟ ਵੱਖਰਾ ਹੈ। ਹਾਂ, ਉਹਨਾਂ ਦਾ ਬ੍ਰਦਰ ਹਾਂ ਭੁੱਕੀ ਹੈ, ਨਸ਼ੀਲਾ ਫਿਰ ਹੋਰ ਹਾਂ ਭੁੱਕੀ ਉਹ ਖਾਂਦੇ। 5 ਮਿੰਟਾਂ 'ਚ ਇੱਥੇ ਉੱਪੜ ਗਏ ਹਾਂ ਅਤੇ ਟਰਾਲੀ ਟਰੈਕਟਰ ਬਚਾਅ ਹੋ ਗਿਆ, ਟਰੈਕਟਰ ਪਲਟੀ, ਟਰਾਲੇ ਵਾਲੇ ਨੇ ਸਾਈਡ ਮਾਰੀ ਆ ਅਤੇ ਟਰਾਲੀ ਪਲਟਾਤੀ ਆ, ਅਤੇ ਜਿਸ 'ਚ ਮਾਲੀ ਨੁਕਸਾਨ ਨਹੀਂ ਕੀਤਾ ਹੋਇਆ, ਬਚਾਅ ਹੋ ਗਿਆ, ਮੌਕੇ ਤੋਂ ਉੱਪੜ ਗਿਆ 5 ਮਿੰਟਾਂ 'ਚ ਆਏ ਇੱਥੇ। ਅਤੇ ਬਾਕੀ ਗੱਲ ਇਸ ਤਰ੍ਹਾਂ ਵੀ ਜੋ ਕੁਛ ਹੁਣ ਕਾਰਵਾਈ ਹੋਣੀ ਆ ਸਦਰ ਥਾਣੇ ਨੇ ਕਰਨੀ। ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ, ਖੁਸ਼ੀਪੁਰ ਦੀ ਰਿਪੋਰਟ। ਦੇਸ਼ ਵਿਦੇਸ਼ ਦੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੰਜਾਬੀ ਸਟੇਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਫੇਸਬੁੱਕ ਅਤੇ ਇੰਸਟਾਗ੍ਰਾਮ ਉਪਭੋਗਤਾ ਸਾਡੇ ਪੇਜ ਨੂੰ ਲਾਈਕ ਅਤੇ ਫੋਲੋ ਕਰੋ। ਪੰਜਾਬੀ ਸਟੇਸ਼ਨ ਚੈਨਲ ਨੂੰ ਪੱਤਰਕਾਰਾਂ ਦੀ ਜ਼ਰੂਰਤ ਹੈ, ਚਾਹਵਾਨ ਸੰਪਰਕ ਕਰੋ। ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸਾਡੀ ਈਮੇਲ ਅਤੇ ਸਾਡੇ ਨੰਬਰ 9417574552 'ਤੇ ਸੰਪਰਕ ਕਰੋ। ਧੰਨਵਾਦ।